बन गया कोई फुलका तो ले आया, टाइम बड़ा हो गया मैं जाना ड्यूटी। हाँ जी हाँ जी बन गई लगी ने होना। ओ चल ले आया ले आया, मैं हाथ धो के आ गई। प्रीत ले आया, टाइम बड़ा हो गया, अगे लेट हो गया मैं। बड़े दिन नोटिस कर दिया तेरे ठीक है, तू भरा भाभी ज्यादा इग्नोर कर दी है। जे मैं तेरी गल सीरियस लैन लग पा ना तो हाँ निबनी नहीं है घर ठीक है, चाढ़िया बिस्कुट लिया तो डब्बा लिया, नमकीन भी नहीं लिया, दो चमचती बस आप चीज लिया, बंद समोसे समोसे भी ना लिया, यही कुछ होना मेरे न।
ਕੋਈ ਨੀ ਮੈਂ ਬੱਚਾ ਲੈ ਹੁਣ ਬਹਿ ਜਾ ਨਹੀਂ ਤੇ ਮੈਂ ਚਾਹ ਲੈ ਹੋਰ ਸੁਦੀਪ ਤੂੰ ਸੁਣਾ ਆਪਣੀ ਬਸ ਜੀ ਟਾਈਮ ਲੰਘੀ ਜਾਂਦਾ ਰਲ ਮਿਲ ਕੇ ਬੜੇ ਖੁਸ਼ ਹਾਂ ਅਸੀਂ ਤੇ ਜਦੋਂ ਵੀ ਪ੍ਰੀਤ ਆਈ ਆ ਹੁਣ ਲੱਗੀ ਬਹੁਤੇ ਖੇਖਣ ਕਰਕੇ ਤੇ ਤੇਰੇ ਮੰਮੀ ਡੈਡੀ ਦੇ ਸਾਹਮਣੇ ਕਿ ਮੈਂ ਬੜਾ ਕੰਮ ਕਰਦੀ ਆ ਇਹੋ ਜਿਹੇ ਪਖੰਡ ਨਾ ਮੈਨੂੰ ਨਹੀਂ ਚੰਗੇ ਲੱਗਦੇ ਹੈਗੇ ਜਿਹੜੇ ਕਰਦੀ ਆ ਸਾਡੇ ਮੈਨੂੰ ਅੱਗੇ ਬੜਾ ਵਾ ਦੋ ਚੀਜ਼ਾਂ ਲਿਆ ਕੇ ਰੱਖਦੀਆਂ ਮਜ਼ਾ ਆਇਆ ਵਾ ਫਿਰ ਚੋ ਸਮੋਸੇ ਸਮਾਸੇ ਜਿੰਨਾ ਅੱਗੇ ਰੱਖਾਂ ਬਰਫੀ ਦਾ ਕੀ ਹੈ ਹੋਰ ਭਾਜੀ ਬਾਕੀ ਹੈ ਕਿ ਚਲੋ ਅਸੀਂ ਤਾਂ ਆਪਣੇ ਆਪ ਨੂੰ ਕਿਸਮਤ ਵਾਲਾ ਮੰਨਦੇ ਹਾਂ ਕਿ ਜਿੱਥੇ ਸਾਨੂੰ ਵਿੱਕੀ ਵਰਗਾ ਮੁੰਡਾ ਲੱਭ ਗਿਆ ਅਤੇ ਤੁਹਾਡੇ ਅੱਗੇ ਸੋਹਣਾ ਪਰਿਵਾਰ ਟੱਕਰ ਗਿਆ ਸਾਨੂੰ ਨਹੀਂ ਨਹੀਂ ਭਾਜੀ ਇਹ ਸਾਡੇ ਧੰਨ ਭਾਗ ਹੈ ਨਹੀਂ ਹੁਣ ਤੁਸੀਂ ਵੀ ਵਿਚਰਦੇ ਲੋਕਾਂ ਨੇ ਵੇਖ ਲਿਆ ਤੁਸੀਂ ਕਿੰਨਾ ਲੋਕਾਂ 'ਚ ਝੂਠ ਫਰੇਬ ਨਸ਼ਾ ਨੌਜਵਾਨ ਪੀੜ੍ਹੀ ਨੂੰ ਜਿਹੜਾ ਗਰਕ ਹੋਇਆ ਪਿਆ ਕੰਮ ਕਰਕੇ ਘੁਰਾ ਦੀ ਚੋਰੀਆਂ ਘਰੋਂ ਨਿਆਣੇ ਜਾਂਦੇ ਨੇ ਕਾਲਜ ਵੀ ਪੜ੍ਹਨ ਚੱਲੇ ਆ ਬਟੂਆ ਭਾਬੀ ਕੋ ਲੈ ਕੇ ਜਾਣਾ ਵਾ ਆਉਣਾ ਵਾ ਤਨਖਾਹ ਆਉਣੀ ਆ ਤੇ ਭਾਬੀ ਦੇ ਹੱਥ ਦੇ ਕੋਈ ਕੰਮ ਕਰਨਾ ਵਾ ਭਾਬੀ ਕੋਈ ਪੁੱਛ ਕੇ ਜਾਂ ਵੀਰੇ ਨੂੰ ਪੁੱਛਣਾ ਮੇਰੀ ਕਿੱਥੇ ਮਸਾਂ ਕਦਰ ਨਹੀਂ ਹੈਗੀ ਚੌਵੀ ਘੰਟੇ ਭਾਬੀ ਦੇ ਗੁਣ ਚੌਵੀ ਘੰਟੇ ਕਹਿੰਦੇ ਦਿਮਾਗ ਬੜਾ ਮੈਂ ਨਹੀਂ ਵਿੱਕੀ ਦਾ ਦਿਮਾਗ ਹੈ ਹੀ ਨਹੀਂ ਆ ਮਸਾਂ ਦਿਮਾਗ ਨਹੀਂ ਹੈਗਾ ਇਹਨਾਂ ਦਾ ਹੋਰ ਕੀ ਆ ਤੇ ਫਿਰ ਆਪਣਾ ਕੁਛ ਮੁੰਡੇ ਪਤਾ ਲੱਗ ਗਿਆ ਬੱਚਾ ਬਹੁਤ ਛੋਟੇ ਹੁੰਦੇ ਨੂੰ ਕੁੱਤਾਂ ਵਾਂਗੂ ਪਾਲਿਆ ਕਦੀ ਮਾਂ ਪਿਓ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਜਿਹਨੂੰ ਸਾਡੇ ਕੋਲ ਉਹਨੇ ਵੀ ਕਿਸੇ ਤਰ੍ਹਾਂ ਕਦੇ ਮੈਨੂੰ ਕੋਈ ਲਾਮਾ ਨਹੀਂ ਦਿੱਤਾ ਲਿਆ ਕੇ ਸਾਡੇ ਕੋਲ ਆਇਆ ਆਉਂਦਾ ਜਾਂਦਾ ਬਿੰਦਿਆ ਖਲੋਂ ਦਾ ਪਤਾ ਲੱਗਦਾ ਕਿ ਵਾਕਈ ਬੱਚੇ ਨੂੰ ਚੰਗੇ ਸੰਸਕਾਰ ਮਿਲੇ ਆ ਘਰ ਤੋਂ ਮੁੰਡੇ ਤਾਂ ਅੱਜ ਕੱਲ੍ਹ ਦੇ ਬੱਚੇ ਤਾਂ ਐਵੇਂ ਟਿਕ ਕੇ ਬਹਿੰਦੇ ਸਾਰੀ ਦਿਨ ਮੋਬਾਈਲ ਨਾਲ ਹੀ ਕਿਸੇ ਦੀ ਵੀ ਰਾਜੀ ਬਾਜੀ ਨਹੀਂ ਕੋਈ ਚੰਗੀ ਮਾਜੀ ਚਲੋ ਵਾਹਿਗੁਰੂ ਭਲੀ ਕਰੇ ਹੈ ਮੈਂ ਤਾਂ ਕਹਿੰਦਾ ਸਾਰਿਆਂ ਦੇ ਧੀ ਪੁੱਤ ਇੱਦਾਂ ਦੇ ਨਿਕਲਣ ਹੈ ਅਤੇ ਬਹੁਤ ਵਧੀਆ ਵਾ ਉਹਨੇ ਮੈਨੂੰ ਭਰਾ ਨਹੀਂ ਆਪਣਾ ਪਿਓ ਹੀ ਸਮਝਿਆ ਹੁਣ ਤੱਕ ਹਾਂਜੀ ਅਤੇ ਪਿਓਵਾਂ ਵਾਂਗੂ ਇੱਜ਼ਤ ਕੀਤੀ ਤੁਹਾਡੀ ਬਹੁਤ ਇੱਜ਼ਤ ਕਰਦਾ ਉਹ ਜਿਹੜੀ ਗੱਲ ਕੰਮ ਕਰਨਾ ਕੋਈ ਗੱਲ ਪੁੱਛਣੀ ਉਹਨੇ ਕਹਿਣਾ ਕਿ ਮੈਂ ਵੀਰ ਜੀ ਨੂੰ ਪੁੱਛ ਕੇ ਦੱਸੂੰਗਾ ਚੱਲ ਮੇਰੀ ਧੀ ਹੁਣ ਧਿਆਨ ਨਾਲ ਮੇਰੀ ਗੱਲ ਸੁਣ ਵਿੱਕੀ ਆਉਂਦਾ ਨਾ ਉਹਦੇ ਨਾਲ ਗੱਲ ਕਰ ਜੇ ਹੁਣ ਨਾ ਤੁਸੀਂ ਕੱਖ ਸਾਂਭਿਆ ਤੇ ਮੁੜ ਕੇ ਤੁਹਾਡੇ ਹੱਥ ਕੁਛ ਨਹੀਂ ਜੇ ਆਉਣਾ ਤੇ ਮੰਮੀ ਮੈਂ ਗੱਲ ਕੀ ਕਰਾਂ ਕੋਈ ਗੱਲ ਕਰਾਂ ਨੀ ਗਾੜੀ ਮੇਰੇ ਨਾਲ ਲੜਨਾ ਪੈਂਦਾ ਕਿ ਮੇਰੇ ਭਰਾ ਭਰਜਾਈ ਨੂੰ ਨਹੀਂ ਕੁਛ ਕਹਿਣਾ ਮੇਰੇ ਕੋਲ ਨਹੀਂ ਤੇਰਾ ਦੁੱਖ ਵੇਖਿਆ ਜਾਣਾ ਨਹੀਂ ਵੇਖਿਆ ਜਾਣਾ ਪਰ ਮੈਂ ਹੁਣ ਕੀ ਕਰਾਂ ਮੈਂ ਸੋਚਿਆ ਸੀ ਚੱਲ ਤਨਖਾਹ ਆਉਂਦੀ ਹੈ ਚੱਲ ਵਧੀਆ ਗੁਜ਼ਾਰਾ ਕਰ ਲਿਆ ਕਰਾਂਗੇ ਪਰ ਤਨਖਾਹ ਦਾ 1 ਰੁਪਿਆ ਜਿਹਨੂੰ ਕਹਿ ਦੋ ਨਾ ਉਹ ਵੀ ਮੇਰੇ ਹੱਥ 'ਤੇ ਨਹੀਂ ਆ ਪਰ ਤੂੰ ਮੇਰੀ ਧੀ ਹੌਲੀ ਹੌਲੀ ਆਪਣਾ ਨੰਬਰ ਲਾ ਇੱਕ ਵਾਰੀ ਗੱਲ ਤਾਂ ਕਰ
ਗੱਲ ਕਰਨ ਦਾ ਮੰਮੀ ਫਾਇਦਾ ਨਹੀਂ ਹੈਗਾ, ਪਰ ਇਹ ਹੈ ਕਿ ਚਲੋ ਜੇ ਤੁਸੀਂ ਕਹਿੰਦੇ ਹੈ ਨਾ ਤੇ ਮੈਂ ਜ਼ਰੂਰ ਗੱਲ ਕਰਾਂਗੀ ਜ਼ਰੂਰ ਕਰਾਂਗੀ। ਜੇ ਸਾਂਭਿਆ ਜਾਂਦਾ ਤਾਂ ਸਾਂਭ ਲਓ, ਮੁੜ ਕੇ ਤੁਹਾਡੇ ਹੱਥ ਵਿੱਚ ਪਊਗਾ। ਆਉਣਾ ਤਾਂ ਹੈ ਨਹੀਂ ਆ, ਚਲੋ ਕੀ ਕਰਨਾ ਫਿਰ ਜਿਹਨੂੰ ਮੰਨਣੀ ਨਹੀਂ ਸਾਡੀ। ਚੱਲ ਠੀਕ ਆ ਹੁਣ ਹੈ, ਚੰਗਾ ਫਿਰ ਕਰਦੀ। ਚਲੋ ਕੋਈ ਨਹੀਂ ਫਿਰ, ਨਹੀਂ ਨਹੀਂ ਪਤਾ ਉਹਨੂੰ ਕੀ ਲੱਗਣਾ ਵਾ। ਚੱਲ ਕੋਈ ਗੱਲ ਨਹੀਂ। ਚਲੋ ਬੈਠੋ ਤੁਸੀਂ, ਮੈਂ ਨਾ ਮੱਝ ਨੂੰ ਪਾਣੀ ਡਾਵਾਂ ਤੇ ਨਾਲੇ ਨੂੰ ਮੈਂ ਧੁੱਪੇ ਬੰਨਣਾ ਵਾ। ਚਲੋ ਠੀਕ, ਆਹੋ ਬੈਠੋ ਤੁਸੀਂ, ਮੈਂ ਆਇਆ ਦੋ ਮਿੰਟ। ਹੈ ਤੇ ਮੇਰੀ ਗੱਲ ਸੁਣ, ਹੁਣ ਬਥੇਰਾ ਚਿਰ ਬਹਿ ਰਿਹਾ, ਚੱਲੀਏ ਫਿਰ? ਹੁਣ ਚੱਲਦੇ ਹੋ ਭਾਜੀ? ਗਏ ਪੱਠੇ ਪਾਉਣ, ਆਉਂਦੇ ਹੋਏ ਚੱਲਦੀ। ਚਲੋ ਠੀਕ, ਮੈਂ ਤਾਂ ਸੋਚਦਾ ਵਾ ਕਿੱਦਾਂ ਵੇ ਸੋਹਣਾ ਪਰਿਵਾਰ ਆ ਨਿਗਾ ਜਿਹਾ, ਐਂ ਰਲੇ ਮਿਲ ਕੇ ਹਰੇ ਰਹਿੰਦੇ ਨੇ। ਅਸੀਂ ਪੂਰਨ ਭਾਗ ਕੀਤੇ ਕਿ ਸਾਡੀ ਕੁੜੀ ਇਹੋ ਜਿਹੀ ਥਾਂ ਆਈ ਹੈ। ਮੁੰਡਾ ਕਿਹੜਾ ਨੇਕ ਵਾ, ਨੌਕਰੀ 'ਚ ਲੱਗਾ, ਪੜ੍ਹਿਆ ਲਿਖਿਆ। ਮੈਨੂੰ ਤਾਂ ਲੱਗਦਾ ਨਹੀਂ ਉਹ ਨੇਕ। ਕਿਉਂ? ਕੁੜੀ ਮੇਰੀ ਕੋਲ ਸਾਰਾ ਕੰਮ ਲੈਂਦੇ ਆ, ਸਾਰਾ ਪੈਸਾ ਧੇਲਾ ਤਾਂ ਮੈਨੂੰ ਜ਼ਿਆਦਾ ਵੱਡੀ ਦੇ ਹੱਥ 'ਚ ਵੇ। ਸਾਰੇ ਕੋਲ ਕਰਤਾ ਧਰਤਾ ਤੇ ਉਹ ਘਰ ਦੇ ਵਿੱਚ ਦੋਵੇਂ ਜੀ, ਮੇਰੀ ਧੀ ਨੂੰ ਤਾਂ ਕਿਤੇ ਪੁੱਛਦੇ ਨਹੀਂ। ਜਦੋਂ ਨਿੱਕੇ ਹੁੰਦੇ ਨੇ ਉਹਨਾਂ ਨੇ ਪਾਲਿਆ ਪੋਸਿਆ ਮਾਂ ਪਿਓ ਉਹਨਾਂ ਨੂੰ, ਤੇ ਪਾਲਣਾ ਨਹੀਂ ਆਸਾਨ ਕਰਨਾ ਸੀ। ਤੇ ਉਹਨਾਂ ਦੇ ਹੱਕ ਬਣਦਾ ਵਾ, ਸਭ ਉਹਨਾਂ ਨੂੰ ਦੇਣਾ ਵਾ ਲਿਆ। ਨਹੀਂ ਹੁਣ ਇਹਨਾਂ ਦਾ ਸੁਣਨਾ ਗੱਲ, ਉਹਨਾਂ ਦੇ ਘਰ ਵੀ ਫਰਜ਼ ਪਾਉਣੀ ਕੁਛ ਨਾ ਕਰੀ। ਨਹੀਂ ਹੁਣ ਇਹਨਾਂ ਦਾ ਫਰਜ਼ ਨਹੀਂ ਬਣਦਾ ਵੀ ਉਹਨੂੰ ਹੀ ਵਿਆਹਤਾ ਵਾ ਤੇ ਉਹਨੂੰ ਹੀ ਸਾਰਾ ਕੁਝ ਉਹਨਾਂ ਦੇ ਹੱਥ 'ਚ ਫੜਾਈਏ। ਉਹਨਾਂ ਦੀ ਆਪਣੀ ਐਡਜਸਟਮੈਂਟ ਹੋ, ਜਿੱਦਾਂ ਮਰਜ਼ੀ ਕਰ। ਤੂੰ ਉਹਨਾਂ ਦੇ ਘਰ ਦੱਸ ਨਹੀਂ ਜਾਣਾ, ਖਬਰਦਾਰੀ ਆਪਣੀ ਕੁੜੀ ਦਾ ਘਰ ਨਾ ਵਿਗਾੜ ਦੀ। ਇਹਨਾਂ ਗੱਲਾਂ ਕਰਕੇ ਮੈਂ ਤੇਰੇ ਨਾਲ ਕਿਤੇ ਵਾਂਢੇ ਨਹੀਂ ਜਾਂਦਾ, ਤੂੰ ਬੁਰੀਆਂ ਵਾਲੀਆਂ ਗੱਲਾਂ ਛੇੜ ਨੂੰ ਹਟਣਾ ਨਹੀਂ ਤੁਸੀਂ ਜਾ ਕੇ। ਚੁੱਪ ਕਰਕੇ ਬੈਠੀ ਰਹਿਣ ਮਾਨਾ ਇੱਥੇ। ਚਲੋ ਫਿਰ ਚੱਲ ਫਿਰ ਚੱਲੀ, ਤੂੰ ਵੀ ਬਹਿਣ ਦੇ ਯੋਗਾ ਗੀਤ ਰਾਤ ਰੱਖ ਲੈਣਾ ਜੀ। ਨਹੀਂ ਲੋਕ ਕਹਿੰਦੇ ਕੰਮ ਹੈਗਾ। ਜੇ ਮੈਂ ਉਹਨਾਂ ਦੇ ਹੱਥ ਤੇ ਰੱਖਦਾ ਤੂੰ ਤਾਂ ਦੁਖੀ ਹੁੰਦੀ, ਜੇ ਮੈਂ ਹੁਣ ਤੇਰੇ ਹੱਥ ਤੇ ਲਿਆ ਕੇ ਰੱਖਣ ਡਿਆ ਤੂੰ ਤਾਂ ਦੁਖੀ ਆ। ਤੂੰ ਮੈਨੂੰ ਦੱਸ ਦੇ ਕਿ ਤੂੰ ਸੁਖੀ ਕਿੱਦਾਂ ਹੋਣਾ ਆ? ਸੁਖੀ ਹੋਣਾ ਵਾ, ਨੰਬਰ ਬਣਾਉਣ ਲੱਗੇ ਹੁਣ ਮੈਨੂੰ ਦੇ ਕੇ। ਇਹ 'ਚ ਨੰਬਰ ਬਣਾਉਣ ਵਾਲੀ ਕਿਹੜੀ ਗੱਲ ਆ, ਅਤੇ ਨਾਲੇ ਉਹ ਮੇਰੇ ਦੁਖੀ ਆ। ਹੈਂ, ਉਹ ਮੇਰਾ ਦੁਖੀ ਆ ਕਿ ਉਹ ਮੇਰਾ ਭਲਾ ਨਹੀਂ ਸੋਚਦੇ, ਹੈਂ ਉਹ ਮੇਰਾ ਕੋਈ ਨੁਕਸਾਨ ਕਰਨ ਲੱਗੇ ਆ। ਸਾਰੀ ਉਮਰ ਉਹਨਾਂ ਨੇ ਪੜ੍ਹਾਇਆ ਲਿਖਾਇਆ ਸਾਰਾ ਕੁਝ ਕੀਤਾ, ਅਤੇ ਅੱਜ ਜੇ ਮੈਂ ਨੌਕਰੀ 'ਤੇ ਲੱਗਾਂ ਤਾਂ ਉਹਨਾਂ ਦੇ ਹੱਥ 'ਤੇ ਲਿਆ ਕੇ ਰੱਖ ਦਿੰਦਾ ਤਨਖਾਹ, ਤਾਂ ਘਰੇ ਹੀ ਵਰਤਦੇ ਆ। ਪੁੱਤ ਤੇਰ ਮੇਰ ਤੇ ਤਾਂ ਕਰੇ ਨਾ, ਜੇ ਉਹਨੂੰ ਸਿਖਾਈ ਹੋਵੇ ਤੇ। ਅਸੀਂ ਤੈਨੂੰ ਕਦੀ ਤੇਰ ਮੇਰ ਸਿਖਾਈ ਨੀ, ਐਡਾ ਕਹੀ ਜਦੋਂ ਮੰਮੀ ਡੈਡੀ ਚੱਲ ਗਏ, ਆਪਣੇ ਬੱਚਿਆਂ ਵਾਂਗੂ ਪਾਲਿਆ ਮੈਂ ਉਹਨੂੰ। ਮੈਂ ਤਾਂ ਕਦੀ ਸਮਝਿਆ ਨਹੀਂ ਕਿ ਮੇਰਾ ਛੋਟਾ ਭਰਾ, ਮੈਂ ਤਾਂ ਹਮੇਸ਼ਾ ਸਮਝਦਾ ਰਿਹਾ ਕਿ ਇਹ ਮੇਰਾ ਬੱਚਾ ਵਾ। ਵੇ ਪ੍ਰੀਤ, ਮੈਂ ਉਹਨੂੰ ਆਪਣਾ ਦਿਓਰ ਕਦੀ ਸਮਝਿਆ ਹੀ ਨਹੀਂ, ਮੈਂ ਤਾਂ ਹਮੇਸ਼ਾ ਉਹਨੂੰ ਪੁੱਤਾਂ ਵਾਂਗੂ ਸਮਝਿਆ। ਮੈਨੂੰ ਉਹਦੇ ਵਿੱਚ ਨਾ ਆਪਣਾ ਪੁੱਤ ਨਜ਼ਰ ਆਉਂਦਾ ਹੈ। ਫਿਰ ਵੀ ਨਾ, ਜੇ ਤੈਨੂੰ ਲੱਗਦਾ ਨਾ ਕਿ ਅਸੀਂ ਤੁਹਾਡਾ ਹੱਕ ਮਾਰਾਂਗੇ, ਤੁਹਾਡੇ ਨਾਲ ਕੁਝ ਗਲਤ ਕਰਾਂਗੇ, ਤੇ ਤੂੰ ਜੋ ਤੇਰਾ ਫੈਸਲਾ ਨਾ ਸਾਨੂੰ ਮਨਜ਼ੂਰ ਆ, ਅਸੀਂ ਕਿਤੇ ਤੁਹਾਨੂੰ ਰੋਕਾਂਗੇ ਨਹੀਂ। ਚਲੋ ਨਾਲੇ ਹੁਣੇ ਆਪਣੇ ਸਿਰ ਬਸਿਰ ਹੋ ਗਏ ਆ, ਸਾਡੀ ਜਿੰਦਾ ਜੀ ਆਪਣਾ ਫੈਸਲਾ ਲੈ ਸਕਦੇ ਆ। ਬਸ ਠੀਕ ਆ, ਚਲੋ।
रुक जाओ वीर जी, किते नहीं जाना तुम्हें, ये हाड़े प्यार नूं कदी नहीं समझ सकती। हाय हाय मेरा बच्चा रोन लग गया सी, हुण तां मैं प्रीत नूं नहीं कहूंगी। आई मेरा पुत, आई सी। ਪਿਆਰ ਦਿੱਤਾ ਨਾ, ਹੁਣ ਮੇਰਾ ਵੀ ਫਰਜ਼ ਬਣਦਾ ਕਿ ਮੈਂ ਕਰਜ਼ ਮੋੜਾਂ। ਹੁਣ ਮੈਂ ਮੇਹਰ ਨੂੰ ਵੀ ਉੱਦਾਂ ਹੀ ਪਿਆਰ ਕਰਾਂਗੀ।